ਜੀਵਨ ਕੌਤਕ ਬਾਬਾ ਮਹਾਰਨਾਮ ਸਿੰਘ ਜੀ ਪਾਦ ਪਹਿਲਾ ਉਹ ਅਖਬਾਰੇ ਮਾਤਾ ਪਿਤਾ ਨਾਲ ਬਚਨ ਜੈ ਬੈਸਾਲੇ ਤੈ ਬੈਸਾ ਸਵਾਮੀ ਜੈ ਭੇਜੇ ਤੈ ਜਾਵਾਂ ਇੱਕ ਸਮੇਂ ਦੀ ਗੱਲ ਹੈ ਬਾਬਾ ਜੀ ਮਾਤਾ ਕੋਲ ਬੈਠੇ ਹੋਏ ਸਨ ਮਾਤਾ ਨੂੰ ਕਹਿਣ ਲੱਗੇ ਮਾਂ ਮੈਂ ਬਾਹਰ ਨੂੰ ਚਲੇ ਜਾਣਾ ਹੈ ਇੱਥੇ ਜੀ ਨਹੀਂ ਲੱਗਦਾ ਮਾਤਾ ਸੁਣ ਕੇ ਹੈਰਾਨ ਵੀ ਹੋਈ ਤੇ ਕਹਿਣ ਲੱਗੀ ਕਿੱਥੇ ਜਾਣਾ ਹੈ ਕਦੋਂ ਜਾਣਾ ਹੈ ਆਪਨੇ ਉੱਤਰ ਦਿੱਤਾ ਥੋੜੇ ਜੇ ਚੇਰ ਨੂੰ ਤਾਂ ਮਾਂ ਨੇ ਕਿਹਾ ਆਪਣਾ ਘਰ ਹੀ ਚੰਗਾ ਹੈ ਬੇਗਾਨੀ ਥਾਂ ਚੰਗੀ ਨਹੀਂ ਹੁੰਦੀ ਬਾਹਰ ਕੋਈ ਕਿਸੇ ਨੂੰ ਨਹੀਂ ਜਾਣਦਾ ਅਤੇ ਸਿਆਣ ਦਾ ਆਪਨੇ ਕਿਹਾ ਮਾਂ ਜਿੱਥੇ ਕੋਈ ਨਾ ਜਾਣੇ ਨਾ ਸਿਆਣੇ ਉੱਥੇ ਬੜੀ ਮौज ਹੁੰਦੀ ਹੈ ਅਸਲ ਆਨੰਦ ਉੱਥੇ ਹੀ ਆਉਂਦਾ ਹੈ ਇਹੇ ਵਚਨ ਸੁਣ ਕੇ ਮਾਤਾ ਚੁੱਪ ਕਰ ਗਈ ਪਰ ਕੁਝ ਸਮਝ ਨਾ ਸਕੀ ਏ ਸੀ ਬਾਬਾ ਜੀ ਦਾ ਆਉਣ ਵਾਲੇ ਸਮੇਂ ਵੱਲ ਇੱਕ ਇਸ਼ਾਰਾ ਇਸ ਨੂੰ ਆਖਿਆ ਹੈ ਰਮਜ ਮਹਾਪੁਰਖ ਆਉਣ ਵਾਲੇ ਸਮੇਂ ਬਾਬਤ ਇਸ਼ਾਰਾ ਤਾਂ ਕਰਦੇ ਹਨ ਪਰ ਪੂਰੀ ਗੱਲ ਖੋਲ ਕੇ ਨਹੀਂ ਦੱਸਦੇ ਦੇਖਣ ਵਿੱਚ ਤਾਂ ਮਹਾਪੁਰਖ ਦੁਨੀਆਦਾਰਾਂ ਵਰਗੇ ਹੀ ਮਾਲੂਮ ਹੁੰਦੇ ਹਨ ਪਰ ਅਸਲ ਵਿੱਚ ਦੁਨੀਆ ਤੋਂ ਨਰਲੇਪ ਹੁੰਦੇ ਹਨ ਹੌਲੀ-ਹੌਲੀ ਉਹਨਾਂ ਦੇ ਬਚਨਾਂ ਤੋਂ ਨਾਮ ਦੀ ਸੁਗੰਧੀ ਕਸਤੂਰੀ ਦੀ ਮਹਿਕ ਵਾਂਗ ਜਾਹਰ ਹੋਣ ਲੱਗ ਜਾਂਦੀ ਹੈ। ਭਾਵੇਂ ਇਹਨਾਂ ਦਾ ਮਕਸਦ ਅਸਲੀ ਕੀ ਹੈ, ਇਹਨਾਂ ਨੇ ਕੀ ਕਰਨਾ ਹੈ, ਇਹ ਗੱਲਾਂ ਜਾਹਰ ਹੋਣ ਲੱਗ ਜਾਂਦੀਆਂ ਹਨ। ਮਹਾਪੁਰਖ ਦਾ ਕੰਮ ਹੈ ਜੀ ਦਾ ਦੇਣਾ, ਭਗਤੀ ਵਿੱਚ ਲਾਉਣਾ। ਸੋ ਏਉਂ ਬਾਬਾ ਜੀ ਆਪਣੇ ਆਉਣ ਵਾਲੇ ਸਮੇਂ ਦੀ ਬਾਬਤ ਦੱਸ ਰਹੇ ਸਨ ਕਿ ਸਾਡੀ ਤਿਆਰੀ ਹੈ। ਕੋਜ ਦੇਣਾ ਬਾਦ ਮਾਤਾ ਨੂੰ ਫਿਰ ਉਹੀ ਬਚਨ ਯਾਦ ਕਰਵਾਇਆ ਮਾਂ ਮੈਂ ਚਲੇ ਜਾਣਾ ਹੈ ਮੈਨੂੰ ਖੁਸ਼ ਹੋਗੇ ਤੋਰ ਮਾਂ ਨੇ ਫਿਰ ਉਹੀ ਜਵਾਬ ਦਿੱਤਾ ਐਵੇਂ ਕਰੀ ਜਾਂਦਾ ਹੈ ਕੀ ਕਰੇਂਗਾ ਬਾਹਰ ਜਾ ਕੇ ਘਰ ਬੈਠ ਇਥੇ ਤੇਰਾ ਬਾਪੂ ਹੈ ਤੇਰਾ ਘਰ ਹੈ ਤੇਰੇ ਭਰਾ ਹਨ ਸਭ ਕੁਝ ਤੇਰਾ ਆਪਣਾ ਹੈ ਨਾਲੇ ਬਾਹਰ ਕੋਈ ਕਿਸੇ ਨੂੰ ਨਹੀਂ ਸਿਆਣਦਾ ਤੂੰ ਬਾਹਰ ਜਾ ਕੇ ਕੁਝ ਕਰਨ ਜੋਗਾ ਨਹੀਂ ਨਾ ਤੂੰ ਕਿਸੇ ਨਾਲ ਬੋਲੇ ਫਿਰ ਤੂੰ ਜਿੱਥੇ ਬੈਠਾ ਹੈ ਬੈਠਾ ਹੀ ਰਹਿੰਦਾ ਹੈ ਬਾਹਰ ਤੇਰਾ ਨਰਵਾ ਨਹੀਂ ਹੋਣਾ ਫਿਰ ਆਪਜੀ ਕਹਿਣ ਲੱਗੇ ਮਾਂ ਇੱਥੇ ਕੋਈ ਵੀ ਕਿਸੇ ਦਾ ਨਹੀਂ ਭੈਣ ਭਰਾ ਮਾਂ ਪਿਓ ਘਰ ਸਭ ਕੁਝ ਛਲ ਹੈ ਸਾਨੂੰ ਖੁਸ਼ੀ ਨਾਲ ਤੋ ਦੇ ਅਸੀਂ ਰਹਿਣਾ ਨਹੀਂ ਇਹ ਕੁਝ ਦੱਸਣ ਤੋਂ ਬਾਅਦ ਮਾਤਾ ਸੋਚਣ ਲੱਗ ਪਈ ਇਸ ਦੀ 11 ਸਾਲ ਦੀ ਉਮਰ ਹੋ ਗਈ ਹੈ ਕਦੇ ਬੋਲਿਆ ਹੀ ਨਹੀਂ ਜੇ ਬੋਲਿਆ ਤਾਂ ਬਹੁਤ ਘੱਟ ਪਰ ਹੁਣ ਦੂਜੀ ਵਾਰ ਇਹ ਗੱਲ ਕਿਉਂ ਆਖੀ ਮਾਂ ਨੇ ਕਿਹਾ ਮਸਤਾਨਿਆ ਜੇ ਤੇਰਾ ਘਰ ਚਿਤ ਨਹੀਂ ਲੱਗਦਾ ਤਾਂ ਤੈਨੂੰ ਨਾਨਕੀ ਛੱਡ ਆਈਏ ਤਾਂ ਆਪਨੇ ਇਨਕਾਰ ਕਰ ਦਿੱਤਾ ਨਹੀਂ ਜਾਣਾ ਫਿਰ ਮਾਤਾ ਨੇ ਕਿਹਾ ਹੋਰ ਕਿੱਥੇ ਜਾਣਾ ਹੈ ਆਪਣੇ ਘਰ ਹੀ ਰਹੋ ਆਪਨੇ ਭੋਲੇਪਾ ਹੱਸ ਕੇ ਕਿਹਾ ਮਾਂ ਅਸਲੀ ਘਰ ਤਾਂ ਹੋਰ ਹੈ ਮਾਣੇ ਪੁੱਛਿਆ ਹੋਰ ਕਿਹੜਾ ਤਾਂ ਕਹਿਣ ਲੱਗੇ ਤੈਨੂੰ ਫੇਰ ਕਦੇ ਦੱਸਾਂਗਾ ਉਸ ਦਿਨ ਰਾਤ ਨੂੰ ਮਾਤਾ ਨੇ ਬਾਬਾ ਜੀ ਦੇ ਪਿਤਾ ਕੋਲ ਜ਼ਿਕਰ ਕੀਤਾ ਕਿ ਮਸਤਾਨਾ ਮੇਰੇ ਕੋਲ ਦੋ ਵਾਰੀ ਇਹ ਗੱਲ ਆਖ ਚੁੱਕਿਆ ਹੈ ਕਿ ਮੈਂ ਘਰ ਨਹੀਂ ਰਹਿਣਾ ਬਾਹਰ ਚਲੇ ਜਾਣਾ ਹੈ ਪਿਤਾ ਜੀ ਕਹਿਣ ਲੱਗੇ ਤੂੰ ਪਹਿਲਾਂ ਨਾ ਦੱਸਿਆ ਮਾਤਾ ਕਹਿਣ ਲੱਗੀ ਮੈਂ ਪਹਿਲੀ ਵਾਰ ਤਾਂ ਗੱਲ ਅਣ ਸੁਣੀ ਹੀ ਕਰ ਦਿੱਤੀ ਸੀ ਪਰ ਅੱਜ ਦੂਜੀ ਵਾਰ ਇਹ ਗੱਲ ਸੁਣ ਕੇ ਮੈਨੂੰ ਫਿਕਰ ਹੋਇਆ ਹੈ ਪਿਤਾ ਜੀ ਕਹਿਣ ਲੱਗੇ ਹੁਣ ਮੈਂ ਪੁੱਛ ਕੇ ਦੇਖਦਾ ਹਾਂ ਪਿਤਾ ਜੀ ਨੇ ਬਾਬਾ ਜੀ ਨੂੰ ਬੁਲਾ ਕੇ ਪੁੱਛਿਆ ਮਸਤਾਨਿਆ ਤੂੰ ਆਪਣੀ ਮਾਂ ਕੋਲ ਕਿਹਾ ਸੀ ਕਿ ਮੈਂ ਬਾਹਰ ਚਲੇ ਜਾਣਾ ਹੈ ਕਿੱਥੇ ਜਾਏਗਾ ਪਹਿਲੀ ਵਾਰ ਤਾਂ ਚੁੱਪ ਰਿਹਾ ਦੂਜੀ ਵਾਰ ਪੁੱਛਣ ਤੇ ਹੱਸ ਕੇ ਕਹਿਣ ਲੱਗੇ ਹਾਂ ਜਾਣਾ ਹੈ ਫਿਰ ਪਿਤਾ ਨੇ ਕਿਹਾ ਹੋਰ ਕਿਤੇ ਨਹੀਂ ਜਾਣਾ ਮੇਰੇ ਨਾਲ ਖੇਤ ਨੂੰ ਚੱਲ ਆਪ ਬੋਲੇ ਨਾ ਕੋਈ ਕਿਸੇ ਨਾਲ ਆਇਆ ਹੈ ਤੇ ਨਾ ਕੋਈ ਕਿਸੇ ਨਾਲ ਜਾਏਗਾ ਆਉਣਾ ਜਾਣਾ ਇਕੱਲਿਆਂ ਦਾ ਹੀ ਹੈ یوں ਕਹਿ ਕੇ ਚੁੱਪ ਹੋ ਗਏ ਪਿਤਾ ਜੀ ਸੋਚ-ਸੋਚ ਕੇ ਮਾਤਾ ਨੂੰ ਕਹਿਣ ਲੱਗੇ ਮੈਨੂੰ ਤਾਂ ਮੰਡਲੀ ਵਾਲੇ ਸੰਤਾਂ ਨੇ ਜੋ ਇਸ ਦੀ ਬਾਬਤ ਕਿਹਾ ਸੀ ਅਜੇ ਤੈਨੂੰ ਵੀ ਸੰਤ ਘਰ ਆ ਕੇ ਦੱਸ ਗਿਆ ਸੀ ਉਹ ਜਹੀ ਗੱਲ ਹੀ ਕੁਝ ਬਣਦੀ ਲੱਗਦੀ ਹੈ ਉਸ ਦਿਨ ਪਿਤਾ ਜੀ ਖੇਤ ਜਾਣ ਲੱਗੇ ਬਾਬਾ ਜੀ ਨੂੰ ਨਾਲ ਲੈ ਗਏ ਪਿਤਾ ਤੇ ਦੂਜੇ ਭਾਈ ਤਾਂ ਕੰਮ ਕਰਨ ਲੱਗ ਪਏ ਪਰ ਆਪ ਆਰਾਮ ਨਾਲ ਖੇਤ ਵਿੱਚ ਇੱਕ ਵੱਟ ਉੱਤੇ ਬੈਠ ਗਏ ਜਦੋਂ ਮਾਤਾ ਜੀ ਘਰੋਂ ਰੋਟੀ ਲੈ ਕੇ ਉੱਥੇ ਗਏ ਤਾਂ ਸਭਨਾਂ ਨੇ ਰੋਟੀ ਖਾ ਲਈ ਤੇ ਆਪ ਜੀ ਨੂੰ ਇੱਕ ਦੋ ਵਾਰ ਕਿਹਾ ਪਰ ਆਪ ਆਪਣੇ ਮਸਤ ਸੁਭਾਅ ਅਨੁਸਾਰ ਚੁੱਪ ਹੀ ਰਹੇ ਪਿਛੋਂ ਮਾਤਾ ਜੀ ਇਹਨਾਂ ਕੋਲ ਗਏ ਜਦੋਂ ਮਾਤਾ ਦੇ ਕਹਿਣ ਤੇ ਲੋੜ ਅਨਸਾਰ ਰੋਟੀ ਖਾ ਲਈ ਘਰ ਨੂੰ ਆਉਣ ਲੱਗੇ ਉਦੋਂ ਚੁੱਪਚਾਪ ਮਾਤਾ ਜੀ ਨਾਲ ਪਿੰਡ ਨੂੰ ਆ ਗਏ ਪ੍ਰਭ ਜੀ ਬਸੇ ਸਾਦਗੀ ਰਸਨਾ ਬਾਬਾ ਜੀ ਦੇ ਬਚਨ ਅਨਸਾਰ ਨਗਰ ਵਿੱਚੋਂ ਇੱਕ ਮਾਈ ਦਾ ਬਾਬਾ ਜੀ ਦੀ ਮਾਤਾ ਨਾਲ ਬਹੁਤ ਪਿਆਰ ਸੀ ਉਹ ਮਾਈ ਇੱਕ ਦਿਨ ਆਪਣੇ ਬੱਚੇ ਨੂੰ ਨਾਲ ਲੈ ਕੇ ਮਾਤਾ ਕੋਲ ਆ ਗਈ ਅੱਗੇ ਮਾਤਾ ਜੀ ਘਰ ਦੇ ਕੰਮ ਵਿੱਚ ਰੁੱਝੇ ਹੋਏ ਸਨ ਤੇ ਉਸ ਮਾਈ ਨੇ ਅਨੁਸਾਰ ਹੀ ਮਾਤਾ ਨੂੰ ਕਿਹਾ ਜੇ ਕੋਈ ਮੇਰੇ ਪੁੱਤਰ ਨੂੰ ਕੁਝ ਚੇਰ ਚੁੱਕ ਲਵੇ ਤਾਂ ਮੈਂ ਤੇਰੇ ਨਾਲ ਕੰਮ ਕਰਵਾ ਦਿਆਂ ਮਾਤਾ ਨੇ ਆਪ ਵੱਲ ਇਸ਼ਾਰਾ ਕਰਕੇ ਕਿਹਾ ਮਸਤਾਨਿਆ ਇਸ ਨੂੰ ਚੁੱਕ ਲੈ ਆਪ ਜੀ ਨੇ ਆਪਣੇ ਸੁਭਾਅ ਅਨਸਾਰ ਪਹਿਲਾਂ ਤਾਂ ਕੋਈ ਜਵਾਬ ਨਹੀਂ ਦਿੱਤਾ ਫਿਰ ਦੂਜੀ ਵਾਰ ਮਾਤਾ ਦੇ ਕਹਿਣ ਤੇ ਕਹਿਣ ਲੱਗੇ ਮੈਂ ਨਹੀਂ ਚੁੱਕਣਾ ਤੀਸਰੀ ਵਾਰ ਮਾਤਾ ਨੇ ਗੁੱਸੇ ਵਿੱਚ ਆ ਕੇ ਕਿਹਾ ਕਿਉਂ ਨਹੀਂ ਚੁੱਕਣਾ ਤੇਰਾ ਛੋਟਾ ਵੀਰ ਹੈ ਛੋਟੇ ਵੀਰਾਂ ਨੂੰ ਵੱਡੇ ਚੁੱਕ ਲਿਆ ਕਰਦੇ ਹਨ ਮਾਤਾ ਨੇ ਕਿਹਾ ਜੇ ਤੂੰ ਇਸ ਨੂੰ ਚੁੱਕ ਲਵੇਂ ਤਾਂ ਮੈਂ ਛੇਤੀ ਵੇਲੀ ਹੋ ਕੇ ਤੈਨੂੰ ਨਹਾ ਦੇਾਂਗੀ ਆਪਨੇ ਵੱਡੇ ਭਰਾ ਵੱਲ ਇਸ਼ਾਰਾ ਕਰਕੇ ਕਿਹਾ ਉਸ ਨੂੰ ਚੁਕਾ ਦੇ ਮਾਂ ਨੇ ਕਿਹਾ ਉਹ ਤਾਂ ਘਰ ਦਾ ਕੰਮ ਕਰਦਾ ਹੈ ਤੂੰ ਵੇਲਾ ਹੈ ਤੂੰ ਚੁੱਕ ਲੈ ਤਾਂ ਆਪ ਜੀ ਕਹਿਣ ਲੱਗੇ ਤੂੰ ਫਿਰ ਇਸ ਨੂੰ ਜ਼ਰੂਰ ਹੀ ਚੁਕਾਉਣਾ ਹੈ ਤਾਂ ਫਿਰ ਕੁਝ ਦਿਨਾਂ ਬਾਅਦ ਇਸ ਨੂੰ ਰੱਬ ਹੀ ਚੁੱਕ ਲਵੇਗਾ ਉਹ ਬੱਚਾ ਗੁਜ਼ਰ ਗਿਆ ਪਿੰਡਾਂ ਦੇ ਰਿਵਾਜ ਅਨੁਸਾਰ ਮਾਤਾ ਵੀ ਉਸ ਮਾਈ ਦੇ ਘਰ ਅਫਸੋਸ ਕਰਨ ਗਈ ਤਾਂ ਉਸ ਨੇ ਮਾਤਾ ਨੂੰ ਅੱਗੋਂ ਉਲਾਬਾ ਦਿੱਤਾ ਤੇਰਾ ਪੁੱਤਰ ਪਹਿਲਾਂ ਬੋਲਿਆ ਹੀ ਕੁਝ ਨਹੀਂ ਸੀ ਜੇ ਬੋਲਿਆ ਤਾਂ ਤੇਰੇ ਪੁੱਤਰ ਨੇ ਫਿਰ ਐਸੀ ਜ਼ੁਬਾਨ ਖੋਲੀ ਕਿ ਮੇਰਾ ਪੁੱਤ ਹੀ ਲੈ ਲਿਆ ਖਬਰੇ ਇਸ ਦੀ ਕਿਹੋ ਜਿਹੀ ਜ਼ੁਬਾਨ ਹੈ ਇਹ ਸੁਣ ਕੇ ਮਾਤਾ ਜੀ ਵੀ ਕੁਝ ਉਦਾਸ ਰਹਿਣ ਲੱਗ ਪਈ ਬਾਬਾ ਜੀ ਨਾਲ ਵੀ ਬੋਲਚਾਲ ਘਟ ਕਰ ਦਿੱਤੀ। ਇੱਕ ਦਿਨ ਮਾਤਾ ਰੋਟੀ ਲੈ ਕੇ ਆਈ ਤਾਂ ਆਪਨੇ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਮੈਂ ਖੀਰ ਖਾਣੀ ਹੈ। ਤਾਂ ਮਾਂ ਨੇ ਕਿਹਾ ਮੇਰੀ ਸਹੇਲੀ ਦੇ ਘਰ ਪੁੱਤਰ ਮਰ ਗਿਆ ਹੈ। ਖੀਰ ਨਹੀਂ ਬਣਾਉਣੀ। ਤਾਂ ਆਪਨੇ ਕਿਹਾ ਕਿ ਮੈਂ ਰੋਟੀ ਨਹੀਂ ਖਾਣੀ। ਮਾਤਾ ਨੇ ਕਿਹਾ ਹੁਣ ਖਾ ਲੈ ਸਵੇਰੇ ਖੀਰ ਬਣਾ ਦੇਾਂਗੀ। ਸੋ ਅਗਲੇ ਦਿਨ ਮਾਤਾ ਨੇ ਖੀਰ ਬਣਾ ਦਿੱਤੀ। ਜੇ ਇਸ ਵੇਲੇ ਆਪ ਖੀਰ ਖਾ ਰਹੇ ਸਨ ਤਾਂ ਮਾਂ ਕੋਲ ਬੈਠੀ ਸੀ ਤਾਂ ਆਪ ਮਾਂ ਨੂੰ ਪੁੱਛਣ ਲੱਗੇ ਤੂੰ ਮੇਰੇ ਨਾਲ ਗੁੱਸੇ ਕਿਉਂ ਹੈ ਤਾਂ ਮਾਂ ਕਹਿਣ ਲੱਗੀ ਤੂੰ ਕਿਹੋ ਜਹੀ ਪਹਾੜੀ ਜ਼ੁਬਾਨ ਕੱਢੀ ਉਸ ਨਾਲ ਮੇਰਾ ਭੈਣਾ ਤੋਂ ਵੱਧ ਪਿਆਰ ਸੀ ਤਾਂ ਆਪ ਕਹਿਣ ਲੱਗੇ ਜੇ ਉਹ ਮੁੰਡਾ ਫੇਰ ਆ ਜਾਵੇ ਤੂੰ ਫੇਰ ਤਾਂ ਗੁੱਸੇ ਨਹੀਂ ਹੁੰਦੀ ਮਾਂ ਨੇ ਕਿਹਾ ਚੁੱਪ ਕਰਵੇ ਕਦੇ ਮਰੇ ਹੋਏ ਵੀ ਆਏ ਨੇ ਆਪ ਕਹਿਣ ਲੱਗੇ ਹਾਂ ਆ ਜਾਂਦੇ ਹਨ ਤਾਂ ਮਾਂ ਨੇ ਕਿਹਾ ਕਿਵੇਂ ਕਹਿਣ ਲੱਗੇ ਜਿਵੇਂ ਜਾਂਦੇ ਹਨ ਉਵੇਂ ਆ ਜਾਂਦੇ ਹਨ ਜਦੋਂ ਉਹ ਆ ਜਾਵੇਗਾ ਤੂੰ ਵੇਖ ਲਈ ਓਹੀ ਆਏਗਾ ਪਰ ਤੂੰ ਗੁੱਸੇ ਨਾ ਹੋਇਆ ਕਰ ਕੁਝ ਸਮੇਂ ਬਾਅਦ ਉਸ ਮਾਤਾ ਦੇ ਘਰ ਇੱਕ ਹੋਰ ਪੁੱਤਰ ਹੋਇਆ ਜਿਸ ਦੇ ਨੈਣ ਨਕਸ਼ ਸਭ ਪਹਿਲੇ ਲੜਕੇ ਵਰਗੇ ਸਨ ਫਿਰ ਮਾਂ ਨੂੰ ਪਤਾ ਲੱਗਾ ਤਾਂ ਮਾਤਾ ਉਸ ਹੇਲੀ ਦੇ ਘਰ ਗਈ ਜਦੋਂ ਘਰ ਵਾਪਸ ਆਈ ਤਾਂ ਬਾਬਾ ਜੀ ਨੇ ਮਾਤਾ ਜੀ ਨੂੰ ਪੁੱਛਿਆ ਕਿੱਥੇ ਗਈ ਸੀ ਮਾਤਾ ਨੇ ਸਾਰੀ ਗੱਲ ਦੱਸੀ ਫਿਰ ਆਪ ਕਹਿਣ ਲੱਗੇ ਹੁਣ ਤਾਂ ਖੁਸ਼ ਹੈ ਮਾਂ ਕਹਿਣ ਲੱਗੀ ਮੈਂ ਹੁਣ ਬਹੁਤ ਖੁਸ਼ ਹਾਂ ਆਪਨੇ ਕਿਹਾ ਜੇ ਤੂੰ ਮੇਰੇ ਉੱਤੇ ਖੁਸ਼ ਹੈ ਤਾਂ ਮੈਨੂੰ ਤੋੜ ਦੇ ਮੈਂ ਚਲੇ ਜਾਣਾ ਹੈ ਤੈਨੂੰ ਤੀਸਰੀ ਵਾਰ ਕਹਿ ਦਿੱਤਾ ਹੈ ਹੁਣ ਚੌਥੀ ਵਾਰ ਨਹੀਂ ਕਹਿਣਾ ਹਥੀ ਤੋੜ ਦੇਵੇਂ ਤਾਂ ਚੰਗੀ ਗੱਲ ਹੈ ਜੇ ਮੈਂ ਚੁੱਪ ਕਰਕੇ ਚਲਾ ਗਿਆ ਤਾਂ ਤੁਸੀਂ ਭਾਲਦੇ ਫਿਰੋਗੇ ਅੱਗੇ ਤੁਹਾਡੀ ਮਰਜ਼ੀ ਮਾਂ ਨੇ ਪੁੱਛਿਆ ਜਾਏਗਾ ਕਿੱਥੇ ਆਪ ਕਹਿਣ ਲੱਗੇ ਲਿਜਾਣ ਵਾਲਾ ਜਿੱਥੇ ਲਿਜਾਏਗਾ ਮਾਂ ਨੇ ਪੁੱਛਿਆ ਕੌਣ ਹੈ ਤੈਨੂੰ ਲਿਜਾਣ ਵਾਲਾ ਆਪ ਕਹਿਣ ਲੱਗੇ ਮੈਨੂੰ ਉਹ ਲਿਜਾਏਗਾ ਜਿਸ ਨੇ ਤੇਰੀ ਸਹੇਲੀ ਦਾ ਪੁੱਤ ਮੋੜ ਕੇ ਦਿੱਤਾ ਹੈ ਹੋਰ ਕੌਣ ਹੈ ਮੈਨੂੰ ਲਿਜਾਣ ਵਾਲਾ ਇਹੋਂ ਬਚਨ ਕਰਕੇ ਆਪ ਹੱਸ ਪਏ ਉਸ ਤੋਂ ਬਾਅਦ ਮਾਂ ਕਿਸੇ ਡੂੰਗੀ ਸੋਚ ਵਿੱਚ ਪੈ ਗਈ ਇਸ ਤਰ੍ਹਾਂ ਜਿਵੇਂ ਪਹਿਲੇ ਦੱਸੇ ਪ੍ਰਸੰਗ ਅਨਸਾਰ ਸਭ ਕੁਝ ਦੱਸ ਵੀ ਦਿੱਤਾ ਤੇ ਨਾਲੇ ਭੇਦ ਵੀ ਰੱਖ ਲਿਆ ਸਬਰ ਅੰਦਰ ਸਾਬਰੀ ਤਨ ਇਵੇਂ ਜਲੇਨ ਹੋਣ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ ਘਰੋਂ ਬਾਹਰ ਇਕਾਂਤ ਵਿੱਚ ਰਹਿਣਾ ਸਾਚੀ ਪ੍ਰੀਤ ਤੋਂ ਤੁਮ ਸੋ ਜੋਰੀ ਤੁਮ ਸੋ ਜੋਰ ਅਵਰ ਸੰਗ ਤੋਰੀ ਜਿਸ ਤਨਾ ਪਿਛੇ ਜਗਰ ਕੀਤਾ ਹੈ ਉਸ ਤੋਂ ਬਾਅਦ ਆ ਬੁੱਧਾ ਸਮਾਂ ਘਰ ਤੋਂ ਬਾਹਰ ਰਹਿਣ ਲੱਗ ਪਏ ਸਵੇਰ ਵੇਲੇ ਚੁੱਪਚਾਪ ਘਰੋਂ ਤੁਰ ਜਾਣਾ ਸਾਰਾ ਦਿਨ ਬਾਹਰ ਹੀ ਰਹਿਣਾ ਸ਼ਾਮ ਨੂੰ ਘਰ ਮੁੜ ਆਉਣਾ ਕਦੇ ਘਰੋਂ ਰੋਟੀ ਖਾ ਜਾਣੀ ਕਦੇ ਪਹਿਲਾਂ ਹੀ ਚਲੇ ਜਾਣਾ ਸਾਰਾ ਦਿਨ ਨਿਰਾਹਾਰ ਹੀ ਰਹਿਣਾ ਜਦੋਂ ਕਈ ਦਿਨ ਲਗਾਤਾਰ ਬਾਹਰ ਜਾਂਦੇ ਰਹੇ ਤਾ ਮਾਤਾ ਨੂੰ ਫਿਕਰ ਹੋ ਗਿਆ ਉਸਨੇ ਪਿਤਾ ਜੀ ਕੋਲ ਜ਼ਿਕਰ ਕੀਤਾ ਇੱਕ ਦਿਨ ਪਿਤਾ ਜੀ ਨੇ ਥਿਆਰ ਰੱਖਿਆ ਜਦੋਂ ਆਪ ਜਾਣ ਲੱਗੇ ਤਾਂ ਪਿਤਾ ਜੀ ਵੀ ਮਗਰ ਹੋ ਤਰੇ ਪਿੰਡ ਤੋਂ ਥੋੜੀ ਦੂਰ ਬਾਹਰ ਚਲੇ ਗਏ ਤਾਂ ਪਿਤਾ ਜੀ ਨੇ ਆਵਾਜ਼ ਦਿੱਤੀ ਤੇ ਪੁੱਛਿਆ ਮਸਤਾਨਾ ਕਿਥੇ ਚੱਲਿਆ ਹੈ ਆਪ ਕਹਿਣ ਲੱਗੇ ਆਪਣਾ ਕੰਮ ਕਰਨ ਪਿਤਾ ਨੇ ਪੁੱਛਿਆ ਤੇਰਾ ਕਿਹੜਾ ਕੰਮ ਹੈ ਤਾਂ ਆਪਨੇ ਕਿਹਾ ਮੇਰਾ ਕੰਮ ਹੈ ਰੱਬ ਦਾ ਨਾਮ ਜਪਣਾ ਤੇ ਨਾਲ ਹੀ ਕਿਹਾ ਬਾਪੂ ਤੂੰ ਪਿੱਛੇ ਮੁੜ ਜਾ ਪਿਤਾ ਜੀ ਨਾਲ ਅੱਗੇ ਜਾਣਾ ਚਾਹੁੰਦੇ ਹੋਏ ਵੀ ਜਾ ਨਹੀਂ ਸਕੇ ਤੇ ਪਿੱਛੇ ਮੁੜ ਪਏ ਜਿਸ ਵਖਤ ਘਰ ਗਏ ਤਾਂ ਮਾਤਾ ਨੇ ਪੁੱਛਿਆ ਮਸਤਾਨਾ ਪਿਤਾ ਨੇ ਉੱਤਰ ਦਿੱਤਾ ਉਹ ਕਹਿੰਦਾ ਹੈ ਮੈਂ ਆਪਣਾ ਕੰਮ ਕਰਨ ਚੱਲਿਆ ਹਾਂ ਮੈਂ ਪੁੱਛਿਆ ਕਿਹੜਾ ਕੰਮ ਕਹਿਣ ਲੱਗਾ ਰੱਬ ਦਾ ਨਾਮ ਜਪਣਾ ਸੋ ਉਸ ਦਿਨ ਵੀ ਅੱਗੇ ਵਾਂਗ ਸ਼ਾਮ ਨੂੰ ਘਰ ਮੁੜੇ ਤਾਂ ਮਾਂ ਨੇ ਲਾੜ ਨਾਲ ਪੁੱਛਿਆ ਅੱਜ ਸਾਰਾ ਦਿਨ ਕਿੱਥੇ ਰਹਾ ਰੋਟੀ ਕਿੱਥੋਂ ਖਾਧੀ ਆਪ ਆਸ ਕੇ ਚੁੱਪ ਕਰ ਗਏ ਮਾਤਾ ਪ੍ਰਸ਼ਾਦਾ ਲੈ ਕੇ ਆਈ ਤਾਂ ਲੋੜ ਅਨਸਾਰ 삭 ਲਿਆ ਪਰ ਥੋੜਾ ਅਗਲੇ ਦਿਨ ਸਵੇਰੇ ਆਪ ਘਰੋਂ ਉੱਠ ਕੇ ਆਪ ਜੀ ਘਰ ਦੇ ਨੇੜੇ ਇੱਕ ਖੂਹ ਸੀ ਉਸ ਦੀ ਮੌਣ ਤੇ ਜਾ ਬੈਠ ਗਏ ਉਹ ਖੂਹ ਅੱਜ ਕੱਲ ਬੰਦ ਕੀਤਾ ਪਿਆ ਹੈ ਜੋ ਕਿ ਅਸੀਂ ਜਾ ਕੇ ਦੇਖਿਆ ਹੈ ਬਾਬਾ ਜੀ ਨੇ ਆਪ ਇੱਕ ਵਾਰ ਬਚਨ ਕੀਤਾ ਸੀ ਇੱਕ ਖੂਹ ਤੇ 12 ਕਮਾਜਮੀਨ ਸਾਡੇ ਕਿਸੇ ਬਜ਼ੁਰਗ ਨੂੰ ਇਨਾਮ ਵਿੱਚ ਮਿਲੀ ਹੋਈ ਸੀ ਕੁਝ ਚਿਰ ਬਾਅਦ ਉਸ ਪਿੰਡ ਦਾ ਆਦਮੀ ਕੋਲ ਦੀ ਲੰਗਿਆ ਤੇ ਵੇਖ ਕੋਲ ਚਲਾ ਗਿਆ ਆਪ ਜੀ ਨੂੰ ਬਾਹੋਂ ਫੜ ਕੇ ਉਠਾਉਣ ਲੱਗਾ ਜਦੋਂ ਨਾ ਉઠੇ ਤਾਂ ਬਾਬਾ ਜੀ ਦੇ ਘਰ ਜਾ ਕੇ ਦੱਸਿਆ ਪਿਤਾ ਜੀ ਗਏ ਤਾਂ ਦੇਖਿਆ ਕਿ ਆਪ ਉਥੇ ਹੀ ਬੈਠੇ ਹਨ ਤਾਂ ਬਾਹੋਂ ਫੜ ਕੇ ਉਠਾ ਲਿਆ ਤੇ ਕਹਿਣ ਲੱਗੇ ਇਹ ਤੇਰੇ ਬੈਠਣ ਦੀ ਥਾਂ ਬੜੀ ਚੰਗੀ ਹੈ ਕਿਤੇ ਹੋਰ ਬੈਠ ਜਾਂਦਾ ਇਹੋ ਆ ਕੇ ਘਰ ਲੈ ਆਏ ਫਿਰ ਮਾਂ ਨੂੰ ਸਾਰੀ ਗੱਲ ਦਸੀ ਮਾਤਾ ਨੇ ਵੀ ਕਿਹਾ ਖੂ ਤੇ ਬੈਠਾ ਕੀ ਕਰਦਾ ਸੀ ਲੈ ਰੋਟੀ ਖਾ ਲੈ ਲੋੜ ਅਨਸਾਰ ਰੋਟੀ ਖਾਣ ਤੋਂ ਬਾਅਦ ਕੁਝ ਚਿਰ ਘਰ ਠਹਿਰੇ ਫਿਰ ਬਾਹਰ ਨੂੰ ਚਲੇ ਗਏ ਹਨੇਰਾ ਹੋਣ ਤੋਂ ਬਾਅਦ ਘਰ ਮੁੜ ਆਏ ਪਿਤਾ ਜੀ ਨੇ ਕਿਹਾ ਫਿਰ ਸਾਰਾ ਦਿਨ ਬਾਹਰ ਹੀ ਲਾ ਆਇਆ ਤੈਨੂੰ ਭੁੱਖ ਤਰੇ ਨਹੀਂ ਲੱਗਦੀ ਤੈਨੂੰ ਡਰ ਨਹੀਂ ਲੱਗਦਾ ਕਦੇ ਖੂਤੇ ਜਾ ਬੈਠਦਾ ਹੈ ਕਦੇ ਬਾਹਰ ਚਲਾ ਜਾਂਦਾ ਹੈ ਅੱਗੋਂ ਹੱਸ ਕੇ ਬੋਲੇ ਬਾਪੂ ਜੀ ਜੇ ਰੱਬ ਦਾ ਡਰ ਮਨ ਲਈਏ ਫਿਰ ਹੋਰ ਕੋਈ ਡਰ ਨਹੀਂ ਆਉਂਦਾ ਫਰਮਾਨ ਹੈ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕੇ ਸਿਮਰਨ ਭਉ ਨਾ ਵਿਆਪੇ ਹਰ ਤਰ੍ਹਾਂ ਦਾ ਡਰ ਮੰਦਾ ਹੈ ਮਨ ਜਦੋਂ ਮਨ ਹੀ ਸਿਮਰਨ ਵਿੱਚ ਲੀਨ ਹੋ ਗਿਆ ਫਿਰ ਡਰ ਕਿੱਥੇ ਇਸ ਤੋਂ ਬਾਅਦ ਮਾਤਾ ਜੀ ਤੋਂ ਲੋੜ ਅਨਸਾਰ ਪ੍ਰਸ਼ਾਦਾ ਛਕ ਲਿਆ ਉਹ ਜਿੱਥੇ ਆਰਾਮ ਕੀਤਾ ਤੇ ਘਰ ਵਾਲਿਆਂ ਦੇ ਸੋ ਜਾਣ ਤੋਂ ਬਾਅਦ ਚੌਂਕੜੀ ਮਾਰ ਕੇ ਬੈਠ ਗਏ ਜਦੋਂ ਸਵੇਰੇ ਮਾਤਾ ਪਿਤਾ ਉੱਠੇ ਤਾਂ ਆ ਬੈਠੇ ਹੋਏ ਸਨ ਵੱਧ ਸੁਖ ਰੈਣੜੀਏ ਪ੍ਰਿਆ ਪ੍ਰੇਮ ਲੱਗਾ ਘਟ ਦੁੱਖ ਨੀਂਦੜੀਏ ਪਰਸੋ ਸਦਾ ਪਗਾ ਰੱਬ ਦਾ ਮਾਰਗ ਸੰਤ ਜਨਾਂ ਨੂੰ ਲੱਗਦਾ ਬਹੁਤ ਪਿਆਰਾ ਜਿਉ ਆਸ਼ਿਕ ਮਾਸੂਕ ਗਲੀ ਜਾ ਕੇ ਲੈਣ ਹਲਾਰਾ ਜੋ ਮਹਾਪੁਰਖ ਚਰਨ ਕਮਲ ਦੀ ਮੋਜ ਵਿੱਚ ਸਮਾਏ ਹੋਏ ਰਹਿੰਦੇ ਕੋਈ ਕਾਰਜ ਕਰਨਾ ਹੋਵੇ ਤਾਂ ਹੁਕਮ ਅਨੁਸਾਰ ਕਰਦੇ ਸਨ ਪਰੰਤੂ ਮਨ ਦੀ ਲਿਵ ਪਰਮੇਸ਼ਰ ਨਾਲ ਹੀ ਲੱਗੀ ਰਹਿੰਦੀ ਹੈ ਨਾਮਦੇਵ ਜੀ ਨੇ ਫਰਮਾਇਆ ਹੈ ਕਹਿਤ ਨਾਮ ਦੇਉ ਸੁਨਤਰ ਲੋਚਨ ਬਾਲਕ ਪਾਲਨ ਪੌੜੀ ਆਲੇ ਅੰਤਰ ਬਾਹਰ ਕਾਜ ਵਿਰੋਧੀ ਜੀਤ ਸੁਬਾਰਿਕ ਰਾਖਿਆਲੇ ਭਗਤਜੀ ਦੁਨਿਆਵੀ ਦ੍ਰਿਸ਼ਟਾਂਤ ਦੇ ਕੇ ਮਹਾਪੁਰਖਾਂ ਦੀ ਅੰਤਰਾਤਮਿਕ ਅਵਸਥਾ ਦੱਸਦੇ ਹਨ ਜਿਵੇਂ ਮਾਤਾ ਬੱਚੇ ਨੂੰ ਪੰਘੂੜੇ ਵਿੱਚ ਪਾਉਣ ਤੋਂ ਬਾਅਦ ਕੰਮਕਾਰ ਕਰਦੀ ਹੋਈ ਵੀ ਆਪਣੇ ਬੱਚੇ ਨੂੰ ਯਾਦ ਰੱਖਦੀ ਹੈ ਸੋ ਮਨ ਕਰਕੇ ਇਸ ਤਰ੍ਹਾਂ ਮਹਾਪੁਰਖਾਂ ਦੀ ਅਵਸਥਾ ਹੁੰਦੀ ਹੈ ਇਸ ਸ਼ਬਦ ਦੇ ਅੰਤਰੀਵ ਦੇ ਭਾਵ ਅਰਥ ਹੋਰ ਹਨ ਜਿ세 ਦੇ ਨਾਲ ਮਹਾਪੁਰਖਾਂ ਦੇ ਮਨੋਅਵਸਥਾ ਨੂੰ ਬਾਣੀ ਦੁਆਰਾ ਭਗਤ ਜੀ ਨੇ ਸਮਝਾਇਆ ਹੈ ਜੈ ਜੈ ਰਖੇ ਆਪ ਤੈ ਜਾਏ ਖੜੋਵਨਾ ਘਰੋਂ ਬਾਹਰ ਜਾ ਕੇ ਖੂਹ ਤੇ ਬੈਠਣ ਤੋਂ ਬਾਅਦ ਬਾਬਾ ਜੀ ਦੇ ਕਥਨ ਅਨੁਸਾਰ ਆਪ ਜੀ ਨੇ ਆਪਣੇ ਬੈਠਣ ਲਈ ਇੱਕ ਹੋਰ ਥਾਂ ਲੱਭ ਲਈ ਇਹ ਨਗਰ ਤੋਂ ਦੂਰ ਸੰਗਣੇ ਦਰਖਤਾਂ ਵਿੱਚ ਇੱਕ ਪੁਰਾਣੀ ਸੱਪ ਦੀ ਬਰਮੀ ਹੋਣ ਕਰਕੇ ਝਾੜ ਆਦਿਕ ਬਹੁਤ ਸਨ ਲੋਕਾਂ ਦੇ ਚਿੱਤ ਵਿੱਚ ਇਹ ਖਿਆਲ ਸੀ ਕਿ ਇੱਥੇ ਇੱਛਾਤਾਰੀ ਸੱਪ ਰਹਿੰਦਾ ਹੈ ਜਿਹੜਾ ਆਪਣੀ ਮਰਜ਼ੀ ਅਨਸਾਰ ਰੂਪ ਧਾਰ ਲੈਂਦਾ ਹੈ ਇਸ ਕਰਕੇ ਲੋਕ ਡਰਦੇ ਇਧਰ ਦਿਨੇ ਵੀ ਨਹੀਂ ਜਾਂਦੇ ਸਨ ਸੋ ਆਪ ਨੇ ਉਹ ਸਥਾਨ ਆਪਣੇ ਬੈਠਣ ਲਈ ਚੁਣ ਲਿਆ ਤੇ ਹਰ ਰੋਜ਼ ਉੱਥੇ ਜਾ ਕੇ ਬੈਠ ਜਾਂਦੇ ਸਵੇਰੇ ਚਲੇ ਜਾਣ ਤੇ ਸ਼ਾਮ ਨੂੰ ਮੁੜਨਾ ਇੱਕ ਦਿਨ ਆਪ ਉਧਰੋਂ ਆ ਰਹੇ ਸਨ ਕਿਸੇ ਨੇ ਵੇਖ ਕੇ ਘਰ ਦੱਸ ਦਿੱਤਾ ਮਾਤਾ ਨੇ ਪੁੱਛਿਆ ਤਾਂ ਆਪ ਚੁੱਪ ਰਹੇ ਅਗਲੇ ਦਿਨ ਜਦੋਂ ਉੱਥੇ ਜਾਣ ਲੱਗੇ ਤਾਂ ਪਿਤਾ ਜੀ ਨੇ ਰਾਹ ਵਿੱਚ ਰੋਕ ਲਿਆ ਤੇ ਪੁੱਛਿਆ ਕਿੱਥੇ ਚੱਲਿਆ ਹੈ ਕਹਿਣ ਲੱਗੇ ਉੱਥੇ ਜਿੱਥੇ ਲੋਕ ਡਰਦੇ ਹਨ ਪਿਤਾ ਨੇ ਕਿਹਾ ਘਰ ਚੱਲ ਤਾਂ ਆਪ ਨੇ ਕਿਹਾ ਨਹੀਂ ਹੁਣ ਸ਼ਾਮ ਨੂੰ ਘਰ ਆਵਾਂਗਾ ਇਓਂ ਕਹਿ ਕੇ ਆਪ ਅੱਗੇ ਚਲੇ ਗਏ ਜਦੋਂ ਘਰ ਆਏ ਤਾਂ ਮਾਂ ਨੇ ਪੁੱਛਿਆ ਕਿੱਥੇ ਰਿਹਾ ਸਾਰਾ ਦਿਨ ਇਓਂ ਨਾ ਕਰਿਆ ਕਰ ਨਾ ਰੋਟੀ ਨਾ ਪਾਣੀ ਭੁੱਖਾ ਧਿਆ ਰਹਿਦਾ ਹੈ ਤੇਰੀ ਕਿਵੇਂ ਦਿਹਾੜੀ ਬੀਤਦੀ ਹੈ ਜਾ ਕੇ ਵੀ ਉਥੇ ਬੈਠਦਾ ਹੈ ਜਿੱਥੇ ਕੋਈ ਨਾ ਜਾਵੇ ਸਾਰਾ ਦਿਨ ਕਲਪਦੇ ਰਹਿੰਦੇ ਹਾਂ ਕਹਿਣ ਲੱਗੇ ਮਾਂ ਮੇਰਾ ਫਿਕਰ ਨਾ ਕਰ ਮੇਰਾ ਫਿਕਰ ਪਰਮੇਸ਼ਰ ਨੂੰ ਹੈ ਸਭ ਦਾ ਉਹੀ ਰਖਵਾਲਾ ਹੈ ਇਉਂ ਕਹਿ ਕੇ ਚੁੱਪ ਹੋ ਗਏ ਰਾਤ ਨੂੰ ਲੋੜ ਅਨਸਾਰ ਪ੍ਰਸ਼ਾਦਾ ਛਕ ਲਿਆ ਅਗਲੇ ਦਿਨ ਸਵੇਰੇ ਘਰੋਂ ਉੱਠ ਕੇ ਤੁਰਨ ਲੱਗੇ ਮਾਤਾ ਨੇ ਆਵਾਜ਼ ਦੇ ਕੇ ਰੋਕ ਲਿਆ ਕਹਿਣ ਲੱਗੀ ਸਾਰਾ ਦਿਨ ਭੁੱਖਾ ਕੀ ਕਰੇਗਾ ਦੁੱਧ ਪੀ ਕੇ ਜਾਈਂ ਮਾਤਾ ਦੁੱਧ ਲੈ ਆਈ ਲੋੜ ਅਨਸਾਰ ਸਾਕ ਕੇ ਕਹਿਣ ਲੱਗੇ ਲੈ ਮਾਂ ਹੁਣ ਮੈਂ ਜਾ ਰਿਹਾ ਹਾਂ ਮਾਤਾ ਨੇ ਕਿਹਾ ਉਥੇ ਜਾ ਕੇ ਭੁੰਜੇ ਹੀ ਬੈਠੇਗਾ ਆ ਚਾਦਰ ਲੈ ਜਾ یوں ਕਹਿ ਕੇ ਮਾਤਾ ਨੇ ਖੱਦਰ ਦੀ ਚਾਦਰ ਦੇ ਦਿੱਤੀ ਚਾਦਰ ਲੈ ਕੇ ਕਹਿਣ ਲੱਗੇ ਲੈ ਮਾਤਾ ਹੁਣ ਮੈਂ ਜਾਵਾਂ ਮਾਤਾ ਨੇ ਕਿਹਾ ਚੰਗਾ ਜਾ ਸੋ ਇਸ ਜੁਗਤੀ ਨਾਲ ਆਪਣੀ ਇੱਛਾ ਅਨੁਸਾਰ ਮਾਤਾ ਜੀ ਤੋਂ ਹਾਂ ਵੀ ਕਰਾ ਲਈ ਮਾਤਾ ਨੇ ਸਮਝਿਆ ਕਿ ਸਾਮ ਨੂੰ ਵਾਪਸ ਆ ਜਾਣਗੇ ਪਰ ਕੀ ਪਤਾ ਸੀ ਰਜਾ ਦੇ ਮਾਲਕ ਹੁਣ ਨਹੀਂ ਛੇਤੀ ਮੁੜ ਕੇ ਆਉਂਦੇ ਫਿਰ ਤਕਰੀਬਨ 12-15 ਸਾਲ ਘਰ ਨਹੀਂ ਆਏ ਜਦੋਂ ਘਰੋਂ ਗਏ ਸਨ ਸ੍ਰੀ ਰਕਤੌਰਤੇ ਆਪ ਜੀ ਦੇ ਕਥਨ ਅਨੁਸਾਰ 13-14 ਸਾਲ ਦੀ ਉਮਰ ਸੀ ਸੰਤ ਰਾਮ ਸਿੰਘ ਜੀ ਸੂਸਾ ਵਾਲਿਆਂ ਨਾਲ ਮਲਾਪ ਇਹਨਾਂ ਦਾ ਜਨਮ ਨਗਰ ਵੀ ਸੂਸਾ ਪਿੰਡ ਸੀ ਇਸ ਸਮੇਂ ਇਹਨਾਂ ਦੀ ਸਮਾਦ ਟਲਵਾਨ ਨਗਰ ਵਿੱਚ ਹੀ ਹੈ ਇਥੇ ਹੀ ਇਹਨਾਂ ਨੇ ਸਰੀਰ ਤਿਆਗਿਆ ਸੀ ਇਹ ਮਹਾਪੁਰਖ ਗੁਰਮਤਿ ਵਿਦਿਆ ਅਤੇ ਸੰਸਕ੍ਰਿਤ ਦੇ ਬੜੇ ਤਗੜੇ ਵਿਦਵਾਨ ਸਨ ਵਿਆਕਰਨ ਵਿਦਾਂਤ ਅਤੇ ਯੋਗ ਸ਼ਾਸਤਰ ਦੇ ਆਪਣੇ ਸਮੇਂ ਵਿੱਚ નિਪੁੰਨ ਮੰਨੇ ਜਾਂਦੇ ਸਨ ਅਤੇ ਰਮਤੇ ਹੀ ਰਹਿੰਦੇ ਸਨ ਕਿਤੇ ਟਿਕਦੇ ਨਹੀਂ ਸਨ ਅਤੇ ਨਿਰਮਲ ਭੇਖ ਨਾਲ ਸੰਬੰਧ ਰੱਖਦੇ ਸਨ ਇਹਨਾਂ ਦੇ ਵੱਡੇ ਮਹਾਪੁਰਖ ਸੰਤ ਸੇਵਾ ਸਿੰਘ ਜੀ ਹੋਏ ਸਨ ਜਿਨ੍ਹਾਂ ਨੇ ਕਲਗੀਧਰ ਜੀ ਤੋਂ ਅੰਮ੍ਰਿਤ ਬਾਣ ਕਰਕੇ ਗੁਰੂ ਜੀ ਦੇ ਹੁਕਮ ਨਾਲ ਹਜ਼ੂਰੀ ਵਿੱਚ ਰਹਿ ਕੇ ਕਠਿਨ ਸੇਵਾ ਸਿਮਰਨ ਦੀ ਕਾਰਨਾ ਕાળ ਕੇ ਹੁਕਮ ਅਨੁਸਾਰ ਗੁਰਸਿੱਖੀ ਪ੍ਰਚਾਰ ਕਰਨ ਲੱਗ ਪਏ ਸਨ ਸੰਤ ਸੇਵਾ ਸਿੰਘ ਜੀ ਨੇ 36 ਸਾਲ ਲਗਾਤਾਰ ਗੁਰੂ ਦੇ ਹੁਕਮ ਅਨੁਸਾਰ ਸੰਗਤਾਂ ਨੂੰ ਜਲ ਸ਼ਕਾਇਆ ਮਸਕ ਪਾਣੀ ਦੀ ਭਰ ਕੇ ਅਠੇ ਪੈਰ ਆਪਣੇ ਕੋਲ ਰੱਖਣੀ ਸੇਵਾ ਵਿੱਚ ਤਤਪਰ ਰਹਿਣਾ ਸੰਤ ਸੇਵਾ ਸਿੰਘ ਜੀ ਤੋਂ ਵਰਸਾਏ ਸੰਤ ਦਿਵਾਨ ਸਿੰਘ ਸੰਤ ਦਿਵਾਨ ਸਿੰਘ ਜੀ ਤੋਂ ਵਰਸਾਏ ਸੰਤ ਮਸਤਾਨ ਸਿੰਘ ਅੰਮ੍ਰਿਤਸਰੀਆ ਇਹਨਾਂ ਦੀ ਰਹਿائش ਬਾਬੇ ਅਟਲ ਸਾਹਿਬ ਦੇ ਕੋਲ ਧਰਮਸ਼ਾਲਾ ਵਿੱਚ ਸੀ ਬਾਬਾ ਮਹਾ ਹਰਨਾਮ ਸਿੰਘ ਜੀ ਨੇ ਇਹ ਸਭ ਕੁਝ ਆਪਣੇ ਮੁਖ ਤੋਂ ਬੋਲ ਕੇ ਹੀ ਲਿਖਾਈ ਹੋਈ ਗੁਰੂ ਪ੍ਰਣਾਲੀ ਅਨਸਾਰ ਦੱਸਿਆ ਹੈ ਉਸ ਵਕਤ ਧਰਮਸ਼ਾਲਾ ਦੇ ਨਾਮ 500 ਕਮਾ ਜਮੀਨ ਅਤੇ 2 ਖੂਹ ਵਿੱਚ ਲੱਗੇ ਹੋਏ ਸਨ ਸੰਤ ਮस्तान ਸਿੰਘ ਦੇ ਪਿਤਾ ਬਾਬਾ ਸਰੂਪ ਸਿੰਘ ਕਾਵ ਕੋਸ਼ ਦੇ ਮਹਾਨ ਵਿਦਵਾਨ ਸਨ ਸੰਤ ਮस्तान ਸਿੰਘ ਜੀਤੋਂ ਵਰਸੋਏ ਸੰਤ ਮਾਲ ਸਿੰਘ ਜੀ ਪੰਡੋਰੀ ਨਿਜਰਾ ਦੁਆਬੇ ਵਿੱਚ ਹੈ ਇਹਨਾਂ ਦੀ ਗੋਤ ਰੋਕੋ ਸੀ ਜਨਮ ਨਗਰ ਬਲੁੰਦੀ ਲੁਧਿਆਣੇ ਵਿੱਚ ਹੈ ਕਿਤੇ ਹੋਰ ਵੀ ਹੋ ਸਕਦੀ ਹੈ ਕਿਉਂਕਿ ਇਸ ਇੱਕ ਨਾਂ ਦੇ ਪਿੰਡ ਸ਼ਹਿਰ ਕਈ ਇਲਾਕਿਆਂ ਵਿੱਚ ਹਨ ਖੇਰ ਸੰਤ ਮਾਲ ਸਿੰਘ ਜੀ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਘੋੜ ਅਸਵਾਰਾ ਵਿੱਚ ਨੌਕਰੀ ਕਰਦੇ ਸਨ ਉਸ ਵਕਤ 5 ਰੁਪਏ ਮਹੀਨੇ ਦੀ ਤਨਖਾਹ ਸੀ ਨੌਕਰੀ ਛੱਡ ਕੇ ਸੰਤ ਮਸਕਾਨ ਸਿੰਘ ਜੀ ਦੇ ਸੇਵਕ ਬਣ ਗਏ ਸੰਤ ਮਾਲ ਸਿੰਘ ਜੀ ਦਾ ਸਥਾਨ ਅਸੀਂ ਤਿੰਨ ਸਿੰਘਾਂ ਨੇ ਆਪ ਅੱਖੀਂ ਜਾ ਕੇ ਵੇਖਿਆ ਹੈ ਇਸ ਵਕਤ ਉਥੇ ਸੰਤ ਅਮੋਲਕ ਸਿੰਘ ਜੀ ਹਨ ਸੰਤ ਮਾਲ ਸਿੰਘ ਜੀ ਤੋਂ ਚੌਥੇ ਜਾਂ ਪੰਜਵੇਂ ਥਾਂ ਤੇ ਹਨ ਅਤੇ ਲੇਖਕ ਨੂੰ ਉਹਨਾਂ ਤੋਂ ਇੱਕ ਨਿਰਮਲ ਭੇਖ ਦੀ ਸੰਪਰਦਾਇ ਪ੍ਰਣਾਲੀ ਇੱਕ ਬ੍ਰਿਸ਼ ਦੇ ਰੂਪ ਵਿੱਚ ਮਿਲਿਆ ਹੈ ਜਿਸ ਨੂੰ ਇਸ ਪੁਸਤਕ ਦੇ ਮੋਢ ਵਿੱਚ ਦਿੱਤਾ ਗਿਆ ਹੈ ਉਥੋਂ ਦਰਸ਼ਨ ਕਰੋ ਫਿਰ ਪਤਾ ਲੱਗਦਾ ਹੈ ਸੰਤ ਸੇਵਾ ਸਿੰਘ ਜੀ ਤੋਂ ਕਿਤਨੀ ਗਿਣਤੀ ਵਿੱਚ ਇਹ ਸੰਤ ਮਹਾਤਮਾ ਹੋਏ ਹਨ ਹੁਣ ਆਪਾਂ ਬਾਬਾ ਜੀ ਦੇ ਇਤਿਹਾਸ ਵੱਲ ਆਈਏ ਸੋ ਬਾਬਾ ਜੀ ਦਾ ਮਿਲਾਪ ਕਿਸੇ ਜਗ੍ਹਾ ਇਨਾਂ ਨਾਲ ਭਾਵ ਸੰਤ RAM ਸਿੰਘ ਜੀ ਦੇ ਨਾਲ ਹੋ ਗਿਆ। ਬਾਬਾ ਜੀ ਦੇ ਕਥਨ ਅਨਸਾਰ ਅਸੀਂ ਉਹਨਾਂ ਤੋਂ ਪਹਿਲਾਂ ਗੁਰੂ ਘਰ ਦੀ ਵਿਦਿਆ ਪੜੀ ਭਾਵ ਕੀ ਗੁਰਬਾਣੀ ਦਾ ਪਾਠ ਅਤੇ ਵਿਚਾਰ ਸਿੱਖੀ ਫਿਰ ਸੰਸਕ੍ਰਿਤ ਦੇ ਕਈ ਗ੍ਰੰਥ ਪੜੇ ਵਿਚਾਰੇ ਜੋ ਠੇਹਾ ਦਰਜ ਹਨ ਉਹਨਾਂ ਨੂੰ ਬੇਨਤੀ ਕਰਕੇ ਮਹਾਰਾਜ ਸਾਨੂੰ ਵੀ ਸਿਮਰਨ ਕਰਨ ਦੀ ਜੁਗਤੀ ਦੱਸੋ। ਉੱਤਰ ਵਿੱਚ ਸੰਤ RAM ਸਿੰਘ ਜੀ ਜਪਜੀ ਸਾਹਿਬ ਦਾ ਪਾਠ ਕਰਨ ਦਾ ਉਪਦੇਸ਼ ਦਿੱਤਾ ਅਤੇ ਕਿਹਾ ਕਿ ਇਹ ਸਾਰੀ ਬਾਣੀ ਦਾ ਸਿਧਾਂਤ ਹੈ ਹੋਰ ਬਾਣੀ ਇਸ ਦੀ ਵਿਆਖਿਆ ਹੈ ਇਸ ਦਾ ਜਿੰਨਾ ਵੀ ਅਭਿਆਸ ਹੋ ਜਾਏ ਉਤਨਾ ਚੰਗਾ ਹੈ ਮੂਲ ਮੰਤਰ ਭਾਵ ਪਹਿਲੀ ਪੌੜੀ ਦਾ ਸਿਮਰਨ ਵੀ ਚਾਹੀਦਾ ਹੈ ਪਰ ਤੁਸੀਂ ਪਹਿਲਾਂ ਜਪਜੀ ਸਾਹਿਬ ਦਾ ਲਗਾਤਾਰ ਸਿਮਰਨ ਕਰੋ ਕਿਉਂਕਿ ਬਾਬਾ ਜੀ ਦੀ ਅੰਤ ਕਠਿਨ ਵਿਦਿਆ ਅਭਿਆਸ ਵੇਖ ਕੇ ਇਤਨੀ ਤੀਖਣ ਬੁੱਧੀ ਬਰੀਕ ਸੰਸਕ੍ਰਿਤ ਦੇ ਗ੍ਰੰਥਾਂ ਦੇ ਸਿਧਾਂਤ ਨੂੰ ਸਮਝ ਕੇ ਉਹਨਾਂ ਨੂੰ ਪ੍ਰਸੰਨ ਕੀਤਾ ਸੀ ਪਰ ਪੜਦਿਆਂ ਪੜਦਿਆਂ ਨਿਆਏ ਅਤੇ ਯੋਗ ਸ਼ਾਸਤਰ ਦੇ ਬਿਆੰਤ ਸ਼ਲੋਕ ਜ਼ਬਾਨੀ ਯਾਦ ਕਰ ਲਏ ਸਨ ਕਈ ਵਾਰ ਬਹੁਤ ਸਾਰੇ ਗ੍ਰੰਥਾਂ ਦਾ ਸਿਧਾਂਤ ਮਿਲਾ ਕੇ ਐਸਾ ਅਰਥ ਸਿੱਧ ਕਰਨਾ ਉਹਨਾਂ ਨੇ ਸੁਣ ਕੇ ਅਤੀ ਪ੍ਰਸੰਨ ਹੋ ਜਾਣਾ ਸੰਤ RAM ਸਿੰਘ ਜੀ ਨਾਲ ਜੇ ਕਿਸੇ ਹੋਰ ਵਿਦਵਾਨ ਨੇ ਕੋਈ ਵਿਚਾਰ ਕਰਨੀ ਤਾਂ ਕਈ ਵਾਰ ਆਪ ਨੇ ਹੀ ਆਪਣੇ ਲਈ ਵਿਦਿਆਗੁਰੂ ਤੋਂ ਹੁਕਮ ਲੈ ਕੇ ਥੋੜੇ ਸਮੇਂ ਵਿੱਚ ਹੀ ਉਸ ਵਿਦਵਾਨ ਨੂੰ ਉੱਤਰ ਦੇ ਕੇ ਪ੍ਰਸੰਨ ਕਰ ਦੇਣਾ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਸੰਤ ਰਾਮ ਸਿੰਘ ਜੀ ਇਹਨਾਂ ਦਾ ਬਹੁਤ ਹੀ ਸਤਿਕਾਰ ਕਰਦੇ ਸਨ ਜਦੋਂ ਬਾਬਾ ਜੀ ਨੂੰ ਸੰਤ ਰਾਮ ਸਿੰਘ ਜੀ ਵੱਲੋਂ ਸ੍ਰੀ ਜਪਜੀ ਸਾਹਿਬ ਦੇ ਪਾਠ ਦਾ ਹੁਕਮ ਹੋਇਆ ਤਾਂ ਉੱਤਰ ਵਿੱਚ ਪੁੱਛਿਆ ਕਿਤਨਾ ਸਮਾਂ ਅਭਿਆਸ ਆਪਕਿ ਕਿੰਨੇ ਪਾਠ ਰੋਜ਼ ਕਰਨੇ ਚਾਹੀਦੇ ਹਨ ਉਹਨਾਂ ਜਵਾਬ ਦਿੱਤਾ ਕਿ ਬੇਗਿਣਤ ਬੇਅੰਤ ਨੂੰ ਮਿਲਣ ਲਈ ਆਪ ਨੂੰ ਵੀ ਬੇਅੰਤ ਹੀ ਹੋਣਾ ਪਵੇਗਾ ਇਸ ਲਈ ਆਪ ਨੂੰ ਹੀ ਸਮਝਣਾ ਪਵੇਗਾ ਕਿ ਕਿਤਨੀ ਕੁ ਲੋੜ ਹੈ ਅੰਦਾਜ਼ਾ ਲਗਾ ਲਵੋ ਸਤਿਵਚਨ ਕਹਿ ਕੇ ਸਿਰ ਨਵਾ ਦਿੱਤਾ ਅਤੇ ਨਿਤਨੇਮ ਆਰੰਭ ਕਰ ਦਿੱਤਾ ਅੱਧੀ ਰਾਤ ਦੇ ਨਾਲ ਹੀ ਉੱਠ ਬੈਠਣਾ ਕਿਤੇ ਥੋੜਾ ਬਹਾਲਾ ਜਿਹੋ ਜਿਹਾ ਪਾਣੀ ਮਿਲ ਗਿਆ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠ ਜਾਣਾ ਉਸ ਸਮੇਂ ਵਿੱਚ ਹੀ 101 ਪਾਠ ਤੱਕ ਪਹੁੰਚ ਗਏ ਇੱਕ ਦਿਨ ਸੰਤ ਰਾਮ ਸਿੰਘ ਜੀ ਨੇ ਪੁੱਛਿਆ ਕਿੰਨੇ ਪਾਠ ਕਰਦੇ ਹੋ ਤਾਂ ਆਪ ਜੀ ਨੇ ਦੱਸਿਆ 101 ਸੰਤ ਹੱਸ ਕੇ ਕਹਿਣ ਲੱਗੇ ਅਜੇ ਗਿਣਤੀ ਤੋਂ ਬਾਹਰ ਨਹੀਂ ਹੋਏ ਪਹਿਲਾਂ ਕਿਸੇ ਹਿਸਾਬ ਨਾਲ ਗਿਣਤੀ ਕਰਦੇ ਸਨ ਉਹ ਛੱਡ ਦਿੱਤੀ ਅਤੇ ਸਿਰਫ ਪਾਠ ਕਰਨ ਤੱਕ ਹੀ ਆਪਣਾ ਨਿਸ਼ਚਾ ਕਰ ਲਿਆ ਫਿਰ ਦਿਨ ਰਾਤ ਅਠੇ ਪੈਰ ਪਾਠ ਜਾਰੀ ਹੀ ਰਹਿਣਾ ਰਸਨਾ ਤੋਂ ਉੱਪਰ ਉੱਠ ਕੇ ਭਾਵ ਸਰਤੀ ਨਾਲ ਇਤਨੀ ਤੇਜ਼ੀ ਨਾਲ ਸਿਮਰਨ ਹੋਣਾ ਕਿ ਜ਼ਬਾਨ ਨਾਲੋਂ ਕਿੰਨੇ ਗੁਣਾ ਵੱਧ ਰਾਤ ਨੂੰ ਥੋੜਾ ਸਮਾਂ ਖੜੇ ਖੜੇ ਕਿਤੇ ਨੀਂਦ ਆ ਗਈ ਤਾਂ ਠੀਕ ਜੇ ਚੌਂਕੜਾ ਮਾਰ ਕੇ ਬੈਠ ਗਏ ਤਾਂ ਸਾਰਾ ਸਮਾਂ ਬੈਠਿਆਂ ਹੀ ਲੰਘ ਜਾਣਾ ਜੇ ਖੜੋ ਗਏ ਤਾਂ ਖਲੋਤੇ ਹੀ ਰਹਿਣਾ ਜੇ ਖਲੋ ਗਏ ਤਾਂ ਰਾਮ ਸਿੰਘ ਜੀ ਨੇ ਅਸਚਰਜ ਹੋ ਜਾਣਾ ਅਤੇ ਕਹਿਣਾ ਕਿ ਤੁਸੀਂ ਕਦੇ ਆਰਾਮ ਹੀ ਕਰ ਲਿਆ ਕਰੋ ਕਿਉਂਕਿ ਆਪ ਜੀ ਵਿੱਚ ਸਭ ਤਰ੍ਹਾਂ ਦੀਆਂ ਵਿਸ਼ੇਸ਼ਤਾਈਆਂ ਦੇਖ ਕੇ ਆਪ ਜੀ ਦਾ ਬੜਾ ਸਤਿਕਾਰ ਕਰਦੇ ਸਨ ਆਪ ਜੀ ਨੇ ਹੱਸ ਕੇ ਨਿਮਰਤਾ ਨਾਲ ਉੱਤਰ ਦੇਣਾ ਜੀ ਮੈਨੂੰ ਤਾਂ ਕਦੇ ਥਕੇਵਾ ਹੁੰਦਾ ਹੀ ਨਹੀਂ ਇਨ੍ਹਾਂ ਦਿਨਾਂ ਵਿੱਚ ਇੱਕ ਦਿਨ ਅੱਧੀ ਰਾਤ ਦਾ ਸਮਾਂ ਸੀ ਕਿ ਸੰਤ ਰਾਮ ਸਿੰਘ ਜੀ ਆਪਣੇ ਆਸਣ ਤੋਂ ਉੱਠ ਕੇ ਕੁਝ ਦੂਰ ਗਏ ਜਿੱਥੇ ਕਿ ਬਾਬਾ ਜੀ ਚੌਂਕੜਾ ਮਾਰ ਕੇ ਆਪਣੇ ਸਿਮਰਨ ਵਿੱਚ ਮਸਤ ਸਨ ਉਸ ਵੇਲੇ ਬਾਬਾ ਜੀ ਦੀ ਸਮਾਧੀ ਲੱਗੀ ਹੋਈ ਸੀ ਸੰਤ RAM ਸਿੰਘ ਜੀ ਨੂੰ ਬਾਬਾ ਜੀ ਦੇ ਚਿਹਰੇ ਤੇ ਇੱਕ ਐਸਾ ਨੂਰ ਦਿਸਿਆ ਕਿ ਰਾਤ ਦੇ ਹਨੇਰੇ ਵਿੱਚ ਬਾਬਾ ਜੀ ਦਾ ਚਿਹਰਾ ਦਿਨ ਵਾਂਗੂ ਹੀ ਦਿਖਾਈ ਦੇ ਰਿਹਾ ਸੀ ਇਸ ਅਸਚਰਜ ਕੌਤਕ ਨੂੰ ਦੇਖ ਕੇ ਸੰਤ ਜੀ ਅਤਿਅੰਤ ਪ੍ਰਸੰਨ ਹੋਏ ਉਸ ਵਕਤ ਤਾਂ ਕੁਝ ਨਾ ਬੋਲੇ ਜਦੋਂ ਦਿਨ ਚੜ੍ਹਨ ਤੋਂ ਬਾਅਦ ਬਾਬਾ ਜੀ ਉੱਠ ਕੇ ਇੰਨਾ ਪਾਸ ਆਏ ਤਾਂ ਇਹਨਾਂ ਨੇ ਇੱਕ ਕੱਪੜਾ ਵਿਛਾ ਕੇ ਉੱਪਰ ਬੈਠਣ ਲਈ ਕਿਹਾ ਬਾਬਾ ਜੀ ਨੇ ਨਿਮਰਤਾ ਨਾਲ ਉੱਤਰ ਦਿੱਤਾ ਜੀ ਤੁਹਾਡੇ ਬਰਾਬਰ ਇਉਂ ਨਹੀਂ ਤਾਂ ਅੱਗੋਂ ਉਹਨਾਂ ਨੇ ਕਿਹਾ ਨਹੀਂ ਤੁਹਾਨੂੰ ਬੈਠਣਾ ਹੀ ਪਵੇਗਾ ਸਾਡਾ ਹੁਕਮ ਮੰਨ ਕੇ ਬੈਠ ਜਾਓ ਫਿਰ ਬਾਬਾ ਜੀ ਨੂੰ ਪੁੱਛਿਆ ਕਿ ਤੁਹਾਡਾ ਮਾਤਾ ਪਿਤਾ ਨੇ ਕੀ ਨਾਮ ਰੱਖਿਆ ਹੈ ਆਪ ਜੀ ਦੱਸਦੇ ਸਨ ਕਿ ਅਸੀਂ ਅੱਗੇ ਵੀ ਦੱਸਿਆ ਸੀ ਪਰ ਫਿਰ ਆਪਣਾ ਨਾਮ ਨਿਹਾਲ ਸਿੰਘ ਦੱਸ ਦਿੱਤਾ ਸੰਤ ਜੀ ਸੁਣ ਕੇ ਕਹਿਣ ਲੱਗੇ ਤੁਹਾਡਾ ਨਾਮ ਅਸੀਂ ਅੱਜ ਤੋਂ ਹਰਨਾਮ ਸਿੰਘ ਰੱਖਿਆ ਹੈ ਦੂਸਰੀ ਸਾਡੀ ਬੇਨਤੀ ਇਹ ਹੈ ਕਿ ਤੁਹਾਡੀ ਕਮਾਈ ਬਹੁਤ ਪ੍ਰਭਲ ਹੈ ਇਸ ਕਰਕੇ ਤੁਸੀਂ ਸੁਤੰਤਰ ਹੋਗੇ ਆਪਣੀ ਮਰਜ਼ੀ ਨਾਲ ਵਿਚਰੋ ਆਪ ਜੀ ਨੇ ਬੇਨਤੀ ਕੀਤੀ ਮੈਂ ਹੁਣ ਕਿੱਥੇ ਜਾਵਾਂ ਸੰਤ ਜੀ ਨੇ ਕਿਹਾ ਸਾਡੇ ਗੁਰੂ ਸੰਤ ਬਾਬਾ ਮਾਲ ਸਿੰਘ ਜੀ ਨਿਜਰਾਂ ਦੀ ਪੰਡੋਰੀ ਰਹਿੰਦੇ ਹਨ ਜੇ ਤੁਹਾਡਾ ਮਨ ਮੰਨੇ ਤਾਂ ਉੱਥੇ ਚਲੇ ਜਾਓ ਆਪਨੇ ਕਿਹਾ ਉਹ ਤਾਂ ਮੈਨੂੰ ਜਾਣਦੇ ਨਹੀਂ ਤਾਂ ਸੰਤ ਜੀ ਨੇ ਕਿਹਾ ਅਸੀਂ ਚਿੱਠੀ ਲਿਖ ਦਿੰਦੇ ਹਾਂ ਇਉਂ ਕਹਿ ਕੇ ਉਹਨਾਂ ਨੇ ਇੱਕ ਪਰਚੀ ਲਿਖ ਦਿੱਤੀ ਤੇ ਬਾਬਾ ਜੀ ਨੂੰ ਨਿਜਰਾ ਦੀ ਪੰਡੋਰੀ ਸੰਤ ਬਾਬਾ ਮਾਲ ਸਿੰਘ ਜੀ ਕੋਲ ਭੇਜ ਦਿੱਤਾ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ